ਕਰੋਨਾ ਵਾਇਰਸ ਜਿਸ ਦੀ ਦਹਿਸ਼ਤ ਦੇ ਚਲਦੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦਾ ਆਦੇਸ਼ ਦਿੱਤਾ ਗਿਆ ਸੀ, ਪਰ ਸਰਕਾਰ ਦੇ ਇਹਨਾਂ ਆਦੇਸ਼ਾਂ ਨੂੰ ਲੋਕਾਂ ਨੇ ਕੁਝ ਨਾ ਸਮਝਦੇ ਹੋਏ ਆਮ ਦਿਨਾਂ ਦੀ ਤਰ੍ਹਾਂ ਬਾਹਰ ਘੁੰਮਦੇ ਹੋਏ ਦਿਖਾਈ ਦੇ ਰਹੇ ਸਨ, ਜਿਸ ਦੇ ਚਲਦੇ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ। ਇਸ ਕਰਫਿਊ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੀ ਜ਼ਿਲ੍ਹਾ ਜਲੰਧਰ ਦੇ ਮੈਥਪੁਰ ਵਿੱਚ ਕੀ ਕੀਤੇ ਗਏ ਹਨ ਸਰਕਾਰ ਵੱਲੋਂ ਪ੍ਰਬੰਧ, ਤੁਸੀਂ ਆਪ ਹੀ ਦੇਖੋ ਮੈਥਪੁਰ ਤੋਂ ਮਨੋਜ ਕੁਮਾਰ ਦੇ ਨਾਲ। ਕੋਰੋਨਾ ਵਾਇਰਸ ਦਾ ਕਹਿਰ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਫੈਲ ਰਿਹਾ, ਜਿਸ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਮਤਲਬ ਪੂਰੇ ਭਾਰਤ ਨੂੰ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਵੀ ਜਿਹੜੇ ਜ਼ਿਲ੍ਹੇ ਦੇ DC ਦਾ SSP ਆ ਉਹਨਾਂ ਨਾਲ ਇੱਕ ਉਹਨਾਂ ਨੂੰ ਨਿਰਦੇਸ਼ ਜਾਰੀ ਕੀਤੇ ਸੀਗੇ ਵੀ ਜਿਹੜੀ ਸੂਬੇ ਦੀ ਜਾਂ ਦੇਸ਼ ਦੀ ਜਨਤਾ ਹੈਗੀ ਆ ਉਹਨਾਂ ਨੂੰ ਜਿਹੜੀਆਂ ਰੋਜ਼ ਦੀ ਲੋੜ ਪੈਣ ਵਾਲੀਆਂ ਚੀਜ਼ਾਂ ਵਾ ਉਹਨਾਂ ਤੋਂ ਕੋਈ ਤੰਗੀ ਨਹੀਂ ਆਉਣ ਦੇਣੀ ਚਾਹੀਦੀ, ਜਿਹਦੇ ਕਰਕੇ ਉਹਨਾਂ ਨੇ ਆਪਣੇ SDM ਦੇ ਨਾਲ ਮੀਟਿੰਗ ਕਰਕੇ ਜਿਹੜੇ ਵੀ ਇਲਾਕੇ ਹੈਗੇ ਉਹਨਾਂ ਦੇ ਵਿੱਚ ਕੁਛ ਦੁਕਾਨਦਾਰ ਤੈਅ ਕੀਤੇ ਆ ਜਿੱਥੋਂ ਰਾਸ਼ਨ ਮਿਲਣਾ ਵਾ ਜਾਂ ਦਵਾਈਆਂ ਮਿਲਣੀਆਂ ਵਾ ਜਾਂ ਦੁੱਧ ਮਿਲਣਾ, ਤਾਂ ਕਿ ਜਿਹੜੀ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇੱਕ ਪਾਸੇ ਪ੍ਰਸ਼ਾਸਨ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਮਤਲਬ ਜਿਹੜੀ ਜਨਤਾ ਹੈਗੀ ਹੈ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲੇ, ਉਹਨਾਂ ਨੂੰ ਸਮਾਨ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਜਿਹੜੇ ਕੁਛ ਕਾਊਂਟਰ ਨਿਯੁਕਤ ਕੀਤੇ ਗਏ ਆ ਉਹਨਾਂ ਦੀ ਲਿਸਟ ਜਿਹੜੀ ਉਹ ਜਾਰੀ ਹੋ ਗਈ ਆ। ਉਹ ਜਿਹੜੀ ਲਿਸਟ ਹੈਗੀ ਆ ਉੱਥੇ ਤੁਸੀਂ ਫੋਨ ਕਰੋਗੇ ਸਮਾਨ ਤੁਹਾਡੇ ਘਰ ਪਹੁੰਚਿਆ ਜਾਊਗਾ, ਜਾਂ ਆਪਣੇ ਪਰਿਵਾਰ ਵਿੱਚੋਂ ਕੋਈ ਵੀ ਇੱਕ ਬੰਦਾ ਜਿਹੜਾ ਵਾ ਉਹ ਸਮਾਨ ਲੈਣ ਆ ਜਾ ਸਕਦਾ। ਹੁਣ ਅਸੀਂ ਇਸ ਵਾਸਤੇ ਗੱਲ ਕਰਦੇ ਹਾਂ ਵੀ ਕਿੱਥੇ ਮਹਿਤਪੁਰ ਦੇ ਵਿੱਚ ਜੇ ਉਹ ਸਮਾਨ ਕਰਿਆਨੇ ਜਾਂ ਦੁੱਧ ਜਾਂ ਦਵਾਈ ਉਹ ਕਿੱਥੋਂ ਅਤੇ ਕਦੋਂ ਮਿਲੇਗੀ ਜਾਂ ਉਹਦਾ ਕੀ ਪ੍ਰੋਸੀਜਰ ਹੈਗਾ। ਗੱਲ ਕਰਦੇ ਹਾਂ ਇੰਸਪੈਕਟਰ ਲਖਵੀਰ ਸਿੰਘ ਹੋਣਾ ਨਾਲ। ਹਾਂਜੀ ਸਰ, ਮਹਿਤਪੁਰ ਦੇ ਵਿੱਚ ਜਿਹੜਾ ਕਰਿਆਨਾ ਹੈਗਾ ਵਾ ਲੋਕਾਂ ਨੂੰ ਕਿੱਥੋਂ ਮਿਲੇਗਾ ਅਤੇ ਉਹ ਕਿੱਦਾਂ ਮਿਲੇਗਾ? ਮਾਨਯੋਗ DC ਸਾਹਿਬ ਅਤੇ SDM ਨਕੋਦਰ ਜੀ ਦੇ ਹੁਕਮ ਦੇ ਅਨੁਸਾਰ ਜਿਹੜੇ ਮਹਿਤਪੁਰ ਦੇ ਸ਼ਹਿਰ ਦੇ ਵਿੱਚ ਜਿਹੜੇ 4 ਕਰਿਆਨਾ ਸਟੋਰ ਉਹਨਾਂ ਅਲਾਓ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਬੇਸਿਕ ਨੀਡ ਹੈ, ਇੱਕ ਹੈ ਜੈ ਪ੍ਰਕਾਸ਼ ਕਰਿਆਨਾ ਸਟੋਰ, ਅਤੇ ਤੀਸਰਾ ਹੈਗਾ ਜੀ ਗੌਰਵ, ਅਤੇ ਇੱਕ ਥਿੰਦ ਕਰਿਆਨਾ ਸਟੋਰ। ਇਹ 4 ਜਿਹੜੇ ਨੋਮੀਨੇਟ ਕੀਤੇ ਨੇ, ਇਹਨਾਂ ਚਾਰਾਂ ਤੋਂ ਤੁਸੀਂ ਕਾਲ ਕਰਕੇ ਘਰ ਬੈਠੇ ਹੀ ਇੱਥੇ ਖੜ੍ਹੇ ਆਪਣੇ ਡਿਲੀਵਰੀ ਬੋਆਏ ਦੇ ਰਾਹੀਂ ਜਿਹੜਾ ਆਪਣਾ ਸਮਾਨ ਆਪਣੇ ਤੌਰ ਤੇ ਪੰਚਾਂ ਸਰਪੰਚਾਂ ਨੇ ਹਿਦਾਇਤ ਕੀਤੀ ਹੈ, ਰਿਕੁਐਸਟ ਕੀਤੀ ਹੈ, ਨੌਜਵਾਨ 18-20 ਸਾਲ ਦੇ ਹੈਗੇ ਆ, ਉਹ ਨੌਜਵਾਨ ਇਕੱਠੇ ਕਰੋ 5-5-4-4 ਉਹ ਦੁਕਾਨਾਂ ਤੋਂ ਲੈ ਕੇ ਘਰਾਂ ਤੱਕ। ਅੱਛਾ ਸਰ, ਇਹ ਤਾਂ ਚਲੋ ਕਰਿਆਨਾ ਹੋ ਗਿਆ, ਮੈਡੀਕਲ ਸੁਵਿਧਾ ਜਿਹੜੀ ਆ ਉਹ ਕਿੱਥੋਂ ਕਿੱਥੋਂ ਤੈਅ ਕੀਤੀ ਗਈ ਹੈ ਵੀ ਜਿਹੜੇ ਮਤਲਬ ਆਪਾਂ ਕੈਮਿਸਟ ਸ਼ੌਪ ਕੋਈ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੋਵੇ ਵੀ ਆਪਾਂ ਇੱਥੋਂ ਜਿਹੜੀ ਆਪਾਂ ਨੂੰ ਮਿਲ ਸਕਦੀ ਆ ਦਵਾਈ ਵਗੈਰਾ? ਜਿਹੜੀ ਮੈਡੀਕਲ ਦੀ ਗੱਲ ਹੈ, ਇਹ ਮੈਡੀਕਲ ਹੈ ਮਹਿਤਪੁਰ ਜਿਹੜਾ ਸਿਵਲ ਹੋਸਪਿਟਲ 24 ਘੰਟੇ ਖੁੱਲ੍ਹਾ ਜੀ, ਉਸ ਤੋਂ ਬਾਅਦ ਚੀਮਾ ਹੋਸਪਿਟਲ ਖੁੱਲ੍ਹਾ, ਚੰਮਾ ਹੋਸਪਿਟਲ ਖੁੱਲ੍ਹਾ, ਇੱਕ ਦੁਆਬਾ ਹੋਸਪਿਟਲ ਖੁੱਲ੍ਹਾ, ਇਹ 4 ਹੋਸਪਿਟਲ 24 ਘੰਟੇ ਜਦੋਂ ਮਰਜ਼ੀ ਜਿਹੜੀ ਮਰਜ਼ੀ ਦਵਾਈ ਦੇ ਸਕਦੇ ਜਿਹੜੀ ਮਰਜ਼ੀ ਮੈਡੀਕਲ ਖੁੱਲ੍ਹਾ। ਅੱਛਾ ਸਰ, ਜਿਹੜਾ ਦੁੱਧ ਫਲ ਸਬਜ਼ੀਆਂ ਇਹ ਜ਼ਰੂਰੀ ਜਿਹੜੀ ਵਸਤਾਂ ਹੈਗੀਆਂ ਇਹ ਮਹਿਤਪੁਰ ਵਾਸੀ ਜਾਂ ਮਹਿਤਪੁਰ ਦੇ ਨਾਲ ਦੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਉਹ ਕਿੱਥੋਂ ਲੈ ਸਕਦੇ ਆ? ਇਹ ਅਸੀਂ ਜੀ ਸਾਰੇ MCM ਕਿਹਾ ਹੈ ਕਿ ਆਪਾਂ ਆਪਣੇ ਇਹਦੇ ਪਿੰਡਾਂ ਮਹੱਲਿਆਂ ਦੇ ਅਤੇ ਪਿੰਡਾਂ ਵਿੱਚ ਰੇਹੜੀਆਂ ਦਾ ਇੰਤਜ਼ਾਮ ਕਰਕੇ ਅਸੀਂ ਸ਼ਹਿਰ ਦੇ ਵਿੱਚ 8 ਰੇਹੜੀਆਂ ਜਿਹੜੀਆਂ ਸਬਜ਼ੀ ਵਾਲੀਆਂ ਲਗਾਈਆਂ, 4 ਇੱਕ ਸਾਈਡ 4 ਇੱਕ ਸਾਈਡ, ਔਰ ਘਰਾਂ ਵਿੱਚ ਜਾ ਕੇ ਆਵਾਜ਼ਾਂ ਮਾਰ ਕੇ ਸਬਜ਼ੀਆਂ ਦੇ ਰਹੇ ਨੇ ਅਤੇ ਦੁੱਧ ਵੀ ਦੇ ਰਹੇ। ਅੱਛਾ ਸਰ, ਪਿੱਛੇ ਜੇ ਮੈਨੂੰ 1-2 ਦਿਨ ਪਹਿਲਾਂ ਕੋਈ ਕੰਪਲੇਂਟਸ ਆਈਆਂ ਸੀ ਕਿ ਜਿਹੜੇ ਕੁਛ ਸਬਜ਼ੀ ਵਾਲੇ ਜਾਂ ਕਰਿਆਨੇ ਵਾਲੇ ਦੁਕਾਨਦਾਰ ਆ ਉਹ ਕੁਛ ਮਹਿੰਗੇ ਰੇਟ 'ਤੇ ਆਪਣਾ ਸਮਾਨ ਵੇਚ ਰਹੇ ਆ, ਵੀ ਮਤਲਬ ਜਿਹੜਾ ਹੁਣ ਇਹ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਜਿਹੜੇ 4 ਜਾਂ 5 ਕਾਊਂਟਰ ਜਿਹੜੇ ਲਾਏ ਆ ਕਿ ਇਹ ਜੋ ਕੰਟਰੋਲ ਰੇਟ 'ਤੇ ਹੈਗਾ ਸਮਾਨ ਉਹੀ ਮਿਲੇਗਾ ਉਹਨਾਂ ਨੂੰ? ਹਾਂਜੀ ਬਿਲਕੁਲ, ਕੰਟਰੋਲ ਰੇਟ ਦੇਣਗੇ, ਜੇਕਰ ਤੁਹਾਨੂੰ ਲੱਗਦਾ ਵੱਧ ਦੇ ਰਹੇ ਨੇ ਉਹਨੂੰ ਚੈੱਕ ਕਰਾ ਕੇ ਉਹਦੇ ਖਿਲਾਫ਼ ਹੀ ਬਣਦੀ ਕਾਰਵਾਈ ਕਰਨਾ। ਇਹ ਸਨ ਇੰਸਪੈਕਟਰ ਲਖਵੀਰ ਸਿੰਘ, ਉਹਨਾਂ ਨੇ ਕਿਹਾ ਵਾ ਵੀ ਪ੍ਰਸ਼ਾਸਨ ਵੱਲੋਂ ਮਹਿਤਪੁਰ ਦੇ ਵਿੱਚ ਕਰਿਆਨੇ ਦੀਆਂ, ਡਾਕਟਰੀ ਦੀਆਂ ਔਰ ਦੁੱਧ ਦੀਆਂ ਸਬਜ਼ੀ ਦੀਆਂ ਮਤਲਬ ਪੂਰਾ ਅਰੇਂਜਮੈਂਟ ਹੈਗਾ ਵਾ। ਸਰਕਾਰ ਜਿਹੜੀ ਆ ਪ੍ਰਸ਼ਾਸਨ ਆਪਣੇ ਲੋਕਾਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਹੋਣ ਦੇਗੀ, ਉਹਨਾਂ ਨੂੰ ਘਰ ਬੈਠੇ ਹੀ ਸਮਾਨ ਮਿਲੇਗਾ ਔਰ ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਵਾ ਸਮਾਨ ਮਹਿੰਗੇ ਰੇਟ 'ਤੇ ਨਹੀਂ ਵੇਚੇਗਾ, ਜੋ ਤੈਅ ਰੇਟ ਆ ਉੱਤੇ ਹੀ ਸਮਾਨ ਦਿੱਤਾ ਜਾਏਗਾ। ਅਗਰ ਕੋਈ ਵੀ ਦੁਕਾਨਦਾਰ ਵੀ ਜਿਹੜਾ ਸਮਾਨ ਹੈਗਾ ਮਹਿੰਗੇ ਰੇਟ 'ਤੇ ਵੇਚਦਾ ਫੜਿਆ ਗਿਆ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਿੱਥੇ ਪ੍ਰਸ਼ਾਸਨ ਲੋਕਾਂ ਨੂੰ ਦੇਖਦਾ ਹੋਇਆ ਇੰਨਾ ਗੰਭੀਰ ਆ, ਉੱਥੇ ਲੋਕਾਂ ਨੂੰ ਵੀ ਹੁਣ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਕਿ ਆਪਣੇ ਜਦੋਂ ਵੀ ਕੋਈ ਸਮਾਨ ਦੀ ਲੋੜ ਹੈ ਉਹ ਆਪਣੇ ਘਰੋਂ ਜਿੱਦਾਂ ਕਰਿਆਨਾ ਲੈਣ ਵਾਸਤੇ ਜੈਕਪਾਲ ਕਰਿਆਨਾ ਸਟੋਰ, ਗੌਰਵ ਕੁਮਾਰ ਐਂਡ ਕੰਪਨੀ, ਥਿੰਦ ਕਰਿਆਨਾ ਸਟੋਰ ਅਤੇ ਬੇਸਿਕ ਨੀਡਸ, ਇੱਥੇ ਤੁਸੀਂ ਫੋਨ ਕਰਕੇ ਆਪਣਾ ਕਰਿਆਨਾ ਲੈ ਸਕਦੇ ਹੋ। ਔਰ ਮੈਡੀਕਲ ਦੇ ਵਿੱਚ ਟੁਰਨਾ ਹੋਸਪਿਟਲ, ਚੀਮਾ ਹੋਸਪਿਟਲ, ਡਾਕਟਰ ਸੰਤੋਖ ਦਾ ਗੁਰੂ ਤੇਗ ਬਹਾਦਰ ਹੋਸਪਿਟਲ
ਔਰ ਸਿਵਲ ਹੋਸਪਿਟਲ ਔਰ ਦੁਆਬਾ ਹੋਸਪਿਟਲ ਇਹ ਮੈਡੀਕਲ ਸੁਵਿਧਾ ਜਿਹੜੀ 24 ਘੰਟੇ ਵਾਸਤੇ ਚਾਲੂ ਹੈਗੀ ਆ ਇੱਥੋਂ ਤੁਸੀਂ ਮੈਡੀਕਲ ਸੁਵਿਧਾ ਲੈ ਸਕਦੇ ਹੋ ਦੁੱਧ ਔਰ ਸਬਜ਼ੀਆਂ ਵਾਸਤੇ ਉਹਨਾਂ ਨੇ ਕਿਹਾ ਵਾ ਵੀ ਜਿੰਨੇ ਵੀ ਕੌਂਸਲਰ ਸਾਹਿਬਾਨ ਹੈਗੇ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਆ ਔਰ ਉਹਨਾਂ ਨੂੰ ਕਿਹਾ ਵਾ ਵੀ ਆਪਣੇ ਮਹੱਲਿਆਂ ਦੇ ਗਲੀਆਂ ਦੇ ਵਿੱਚ ਹੀ ਉੱਥੇ ਦੁੱਧ ਅਤੇ ਸਬਜ਼ੀ ਜਿਹੜੀ ਆ ਲੋਕਾਂ ਨੂੰ ਮੁਹੱਈਆ ਕਰਾਈ ਜਾਏਗੀ ਇਹ ਪ੍ਰਸ਼ਾਸਨ ਵੱਲੋਂ ਅਰੇਂਜਮੈਂਟ ਕੀਤੇ ਗਏ ਹੁਣ ਸਾਡਾ ਵੀ ਬਣਦਾ ਵੀ ਅਸੀਂ ਪ੍ਰਸ਼ਾਸਨ ਦੇ ਮਤਲਬ ਦਿੱਤੇ ਹੋਏ ਨਿਰਦੇਸ਼ਾਂ ਤੇ ਖਰੇ ਉਤਰ ਕੇ ਜਿਹੜਾ ਵੀ ਸਾਨੂੰ ਸਮਾਨ ਚਾਹੀਦਾ ਵਾ ਉਹ ਇਹਨਾਂ ਵੱਲੋਂ ਨਿਰਧਾਰਿਤ ਕੀਤੇ ਗਏ ਕਾਊਂਟਰਾਂ ਤੋਂ ਹੀ ਲਿੱਤਾ ਜਾਵੇ SDM ਨਕੋਦਰ ਵੱਲੋਂ ਮਹਿਤਪੁਰ ਦੇ ਵਿੱਚ ਕਰਿਆਨੇ ਵਾਸਤੇ ਜਿਹੜੀਆਂ ਨਾ ਚਾਰ ਕਾਊਂਟਰ ਜਿਹੜੇ ਮਤਲਬ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਉਹਨਾਂ ਵਿੱਚ ਸਾਡਾ ਗੌਰਵ ਕਮਟਨ ਕੰਪਨੀ ਦੇ ਮਾਲਕ ਹੈਗੇ ਆ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਦੁਕਾਨ ਦਾ ਜਿਹੜਾ ਨਾਂ ਆਇਆ ਕਿ ਉਹ ਇਸ ਪ੍ਰਤੀ ਤਿਆਰ ਨੇ ਹਾਂਜੀ ਅਸੀਂ ਬਿਲਕੁਲ ਤਿਆਰ ਹਾਂ ਜੀ ਅਸੀਂ ਆਪਣੇ ਵਰਕਰਸ ਬੁਲਾ ਲਏ ਆ ਲੋਕਾਂ ਨੂੰ ਡੋਰ ਟੂ ਡੋਰ ਅਸੀਂ ਸੇਵਾ ਦੇ ਰਹੇ ਹਾਂ ਬਕਾਇਦਾ ਜਿਹੜੇ ਰੇਟ ਆ ਉਹ ਜਿੱਦਾਂ ਸਰਕਾਰ ਦੇ ਨਿਰਧਾਰਿਤ ਰੱਖੇ ਹੋਏ ਆ ਉਹਨਾਂ ਰੇਟਾਂ 'ਤੇ ਹੀ ਮਾਰ ਦਿੱਤਾ ਜਾਏਗਾ ਕਿਸੇ ਚੀਜ਼ ਦਾ ਵੱਧ ਰੇਟ ਨਹੀਂ ਲਗਾਇਆ ਜਾਏਗਾ ਅੰਦਰ ਦੇ ਘਰ ਜਾ ਕੇ ਅਸੀਂ ਡਿਲੀਵਰ ਕਰ ਰਹੇ ਹਾਂ ਸਮਾਨ ਜਿਹੜਾ ਵੀ ਆ ਰਿਹਾ ਵਾ ਸਾਨੂੰ ਫੋਨ 'ਤੇ ਔਡਰ ਆ ਰਹੇ ਆ ਤਾਂ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਵਾ ਸਾਡੇ ਰੱਖ ਨਹੀਂ ਪੈ ਰਿਹਾ ਸਟੋਕ ਬੰਦ ਨਹੀਂ ਕਰ ਰਹੇ ਮਤਲਬ ਤੁਸੀਂ ਜਦੋਂ ਤੁਹਾਨੂੰ ਫੋਨ ਆਉਂਦਾ ਵਾ ਤੁਸੀਂ ਕਿੰਨੀ ਦੇਰ ਦੇ ਵਿੱਚ ਔਰ ਕਿੰਨਾ ਕੁ ਸਮਾਨ ਜਿਹੜਾ ਵਾ ਤੁਸੀਂ ਨਾਲ ਦੇ ਪਿੰਡਾਂ ਵਿੱਚ ਵੀ ਲੈ ਕੇ ਜਾਂਦੇ ਹੋ ਕਿ ਸ਼ਹਿਰ ਦੇ ਵਿੱਚ ਹੀ ਦੇਣ ਜਾਂਦੇ ਹੋ ਸਰ ਅੱਜ ਤਾਂ ਅਸੀਂ ਕੀ ਕਹਿੰਦਾ ਉਹਨੂੰ ਨੀਅਰ ਬਾਏ 5-7 ਕਿਲੋਮੀਟਰ ਤੱਕ ਦਿੱਤਾ ਵਾ ਜਿੱਦਾਂ ਜੇ ਕੱਲ੍ਹ ਨੂੰ ਔਡਰ ਜ਼ਿਆਦਾ ਆਉਂਦੇ ਆ ਅਤੇ ਅਸੀਂ ਉਹਦਾ ਥੋੜ੍ਹਾ ਜਿਹਾ ਸੋਚਾਂਗੇ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਡਿਲੀਵਰੀ ਦੇਵਾਂਗੇ ਬਾਕੀ ਡਿਲੀਵਰ ਅਸੀਂ ਕਰ ਰਹੇ ਹਾਂ 5-7 ਕਿਲੋਮੀਟਰ ਤੱਕ ਕੋਈ ਇੱਦਾਂ ਦੀ ਗੱਲ ਨਹੀਂ ਲਾਗੇ ਵਾਲੇ ਪਿੰਡਾਂ 'ਚ ਵੀ ਅੱਜ ਵੀ ਜਿੱਦਾਂ ਅਸੀਂ ਸੰਗੋਵਾਲ ਵੀ ਮਾਲ ਡਿਲੀਵਰ ਕੀਤਾ ਆਦਰਾਮਾਨ ਵੀ ਕੀਤਾ ਬੀਟਲਾਂ ਤੱਕ ਕੀਤਾ ਅੱਜ